ਜੋ ਸਭ ਅੱਜ ਨਹੀਂ ਤੁਹਾਨੂੰ ਅਸੀਂ ਚੀਜ਼ ਖਿਲਾ ਰਹੇ ਨਾ ਉਹਦਾ ਨਾਮ ਹੈਗਾ ਸੀਜ਼ਰ ਸੈਲਡ ਸੀਜ਼ਰ ਸੈਲਡ ਸੀਜ਼ਰ ਸੈਲਡ ਅੱਛਾ ਮਾਸ਼ਾ ਅੱਲਾ ਸਾਨੂੰ ਕੀ ਪਤਾ ਸੀਜ਼ਰ ਕਿਹਨੂੰ ਕਹਿੰਦੇ ਨੇ ਤਾਂ ਦੱਸੋ ਕਿ ਪਤਾ ਲੱਗੇਗਾ ਚਲੋ ਠੀਕ ਹੈ ਆਉਂਦੇ ਹੋ ਜੀ ਸੀਜ਼ਰ ਕਮ ਹੇਅਰ ਅੱਛਾ ਜੀ ਇਹ ਸੀਜ਼ਰ ਸੈਲਡ ਇਹ ਉੱਤੇ ਗਿਰੀ ਦਾ ਉਹ ਖੋਪਦੇ ਦਾ ਉਹ ਮਸਾਲਾ ਜਿਹਾ ਪਾਇਆ ਹੋਇਆ ਚੀਜ਼ ਹੈਗੀ ਅੱਛਾ ਅੱਛਾ ਚੀਜ਼ ਹੈਗੀ ਹੈ ਇਹਦੇ ਵਿੱਚ ਡਬਲ ਰੋਟੀ ਦੇ ਪੀਸ ਕੱਟ ਕੇ ਅਤੇ ਇਹ ਮੁਰਗੀ ਹੈਗੀ ਹੈ ਪਹਿਲੇ ਸਲਾਦ ਹੁੰਦੇ ਸੈਲਡ ਹੁੰਦੀ ਸੀ ਪਿਆਜ਼ ਟਮਾਟਰ ਖੀਰਾ ਸਲਾਦ ਪੱਤਾ ਇਹ ਤਾਂ ਮੈਨੂੰ ਕੋਈ ਡਬਲ ਰੋਟੀ ਲੱਗਦੀ ਹੈ ਇਹ ਵਿੱਚ ਕੁਛ ਹੈਗਾ ਹੈ ਇਹ ਸਲਾਦ ਦੇ ਪੱਤੇ ਲੱਗਦੇ ਨੇ ਜੀ ਅਤੇ ਵਿੱਚ ਇਹਦੇ ਗੋਸ਼ਤ ਵੀ ਹੈਗਾ ਜੀ ਚਿਕਨ ਸੈਲਡ ਦੇ ਨਾਲ ਚਿਕਨ ਖਾਂਦੇ ਨੇ ਉਹ ਅਸੀਂ ਸਾਰੀ ਜ਼ਿੰਦਗੀ ਚਿਕਨ ਨੂੰ ਰਸਾਲਾ ਬਣਾ ਬਣਾ ਕੇ ਖਾਂਦੇ ਨੇ ਚੀਜ਼ ਨੂੰ ਮਤਲਬ ਉਹਨਾਂ ਦੀ ਜ਼ਬਾਨ ਵਿੱਚ ਇਹ ਚੀਜ਼ ਹੈ ਸਾਡੀ ਜ਼ਬਾਨ ਵਿੱਚ ਇਹ ਪਨੀਰ ਹੈ ਹੁਣ ਸਾਡੇ ਇੱਥੇ ਜਿਹੜੀ ਸਲਾਦ ਹੈਗੀ ਹੈ ਅਸੀਂ ਤਾਂ ਇਸ ਲਈ ਖਾਂਦੇ ਹਾਂ ਰੋਟੀ ਨਾਲ ਕਿ ਰੋਟੀ ਫਟਾਫਟ ਹਜ਼ਮ ਹੋਈ ਹੈ ਪਰ ਦੇਖਣ ਦੇ ਵਿੱਚ ਤਾਂ ਬਹੁਤ ਖੂਬਸੂਰਤ ਇੱਕ ਡਿਸ਼ ਲੱਗ ਰਹੀ ਹੈ ਜਿਸ ਤਰ੍ਹਾਂ ਮੈਂ 7-star ਹੋਟਲ 'ਚ ਬੈਠਾ ਹੋਇਆ ਅਤੇ ਮੇਰੇ ਅੱਗੇ ਉਹ ਬੈਰੇ ਨੇ ਪੇਸ਼ ਕੀਤੀ ਹੈ ਤਾਕਤ ਵਾਲੀ ਸ਼ੈ ਬਣ ਗਈ ਜੀ ਲਓ ਜੀ ਪਹਿਲੇ ਇਹਨੂੰ ਹੀ ਫੜੀਏ ਜੀ ਇਹ ਵੀ ਤਾਂ ਨਾਲ ਆਉਣਾ ਚਾਹੀਦਾ ਨਾ ਇੱਕ ਹੋਰ ਚੀਜ਼ ਰਹਿ ਗਈ ਲੋ ਇਹ ਤਿੰਨ ਚੀਜ਼ਾਂ ਵਿੱਚ ਪਈਆਂ ਅਤੇ ਉਹ ਤਿੰਨੇ ਮੈਂ ਝਮੇੜ ਲਈਆਂ ਇਸ ਤਰ੍ਹਾਂ ਇਕੱਠੇ ਕਰੋ ਇਹ ਇਸ ਤਰ੍ਹਾਂ ਇਹਨੂੰ ਬਣਾਓ ਇਸ ਤਰ੍ਹਾਂ ਅਤੇ ਫਿਰ ਇਹਨੂੰ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਫਿਰ ਇਹਨੂੰ ਖਾਓ ਅਤੇ ਲਓ ਜੀ ਬਿਸਮਿਲਲਾ ਕਰੀਏ ਫਿਰ ਤੁਸੀਂ ਖਾਓਗੇ ਚਲੋ ਮੈਂ ਹੀ ਖਾ ਲੈਂਦਾ ਕਿਆ ਬਾਤ ਹੈ ਜੀ ਮਾਸ਼ਾਅੱਲਾ ਸੁਬਹਾਨ ਅੱਲਾ ਅਤੇ ਬੜਾ ਜ਼ਬਰਦਸਤ ਦਹਿਕਾ ਬਣਿਆ ਜੀ ਇਹਦਾ ਅਤੇ ਮਾਲ ਦੇਖੋ ਜੀ ਸਲਾਦ ਪੱਤਾ ਵੀ ਨਾਲ ਪਾਇਆ ਨੇ ਵਾਹ ਜੀ ਵਾਹ ਕਿਆ ਬਾਤ ਕਿਹਾ ਤਾਂ ਮੈਂ ਤਾਂ ਕਦੀ ਸੋਚ ਵੀ ਨਹੀਂ ਸੀ ਸਕਦਾ ਕਿ ਇੰਨੀ ਮਜ਼ੇਦਾਰ ਸਲਾਦ ਤੁਸੀਂ ਖਾਂਦੇ ਹੋਵੋਗੇ ਯਾਰ ਜਦੀਦ ਮੁਲਕ ਨੇ ਨਾ ਅਤੇ ਉੱਥੇ ਜਦੀਦ ਕਿਸਮ ਦੀਆਂ ਸਲਾਦਾਂ ਨੇ ਲਓ ਜੀ ਸਾਰੀਆਂ ਚੀਜ਼ਾਂ ਮੈਂ ਆਪਣੇ ਮੂੰਹ 'ਚ ਪਾ ਕੇ ਖਾਧੀਆਂ ਚਬਾਇਆ ਅਤੇ ਮੈਨੂੰ ਗੋਭੀ ਦਾ ਟੇਸਟ ਵੱਖਰਾ ਨਜ਼ਰ ਆਇਆ ਆਪਣਾ ਮੁਰਗੀ ਦਾ ਟੇਸਟ ਵੱਖਰਾ ਨਜ਼ਰ ਆਇਆ ਤੋਰ ਦਾ ਟੇਸਟ ਮਿਕਸ ਹੋ ਗਿਆ ਮਾਸ਼ਾਅੱਲਾ ਚਿਕਨ ਪਿਆ ਬੜਾ ਮਜ਼ੇਦਾਰ ਹੈ ਉੱਤੇ ਚਟਨੀ ਜੀ ਲਾਈ ਉਹਨਾਂ ਨੇ ਕਿਆ ਬਾਤ ਤਾਂ ਚੀਜ਼ ਇਹਨਾਂ 'ਚ ਤਾਂ ਜ਼ਾਇਕਾ ਲੱਗ ਰਿਹਾ ਜਿਵੇਂ ਗਾਂ ਦਾ ਮੱਖਣ ਨਹੀਂ ਹੁੰਦਾ ਨਮਕੀਨ ਟੈਪ ਅਤੇ ਬਹੁਤ ਅੱਛਾ ਇੰਝ ਲੱਗਾ ਜਿਸ ਤਰ੍ਹਾਂ ਕਿ ਮੈਂ ਰੋਟੀ ਖਾ ਰਿਹਾ ਯਕੀਨ ਕਰੋ ਇੰਝ ਲੱਗਦਾ ਜਿਸ ਤਰ੍ਹਾਂ ਇੰਝ ਕਿਸੇ ਵਿਆਹ ਵਾਲੇ ਘਰੋਂ ਰੋਟੀ ਖਾ ਰਹੇ ਹਾਂ ਇਹ ਪਤਾ ਨਹੀਂ ਕੀ ਆ ਹਾਂ ਵਾਹ ਡਬਲ ਰੋਟੀ ਇਹਦਾ ਜ਼ਾਇਕਾ ਤਾਂ ਫਿੱਕਾ ਹੈ ਕਿਉਂਕਿ ਟੋਸਟ ਹੈਗਾ ਆਪਣਾ ਡਬਲ ਰੋਟੀ ਦਾ ਟੋਸਟ ਇਹ ਇੰਝ ਲੱਗਦੇ ਜਿਵੇਂ ਡਬਲ ਰੋਟੀ ਦੇ ਪੀਸ ਕੱਟ ਕੇ ਵਿੱਚ ਪਾਏ ਹੋਣ ਚਿਕਨ ਨੂੰ ਅਤੇ ਮੈਂ ਹੁਣ ਆਪਣੇ ਦਿਮਾਗ ਦੇ ਜਿਹੜਾ ਨਾ ਉਹ ਸਾਰੇ ਖੁਲੀਏ ਘੁਮਾ ਰਿਹਾ ਕਿ ਕਿਤੇ ਜ਼ਾਇਕਾ ਜਿਹੜਾ ਉਹ ਮੈਨੂੰ ਦੱਸ ਦੇ ਕਿ ਕਿਸ ਚੀਜ਼ ਨਾਲ ਰਲਦਾ ਹੈ ਪਿਆ ਜਿਹੜੀ ਉੱਤੇ ਚਟਨੀ ਪਾਈ ਇਹਨਾਂ ਨੇ ਇਹਦੀ ਕੀ ਖੁਸ਼ਬੂਆਂ ਨੇ ਕੀ ਮਜ਼ੇਦਾਰ ਇਹਦੀ ਸਾਰਾ ਕਮਾਲ ਹੈ
ਅਸੀਂ ਸਲਾਦ ਇੱਥੇ ਖਾਂਦੇ ਹਾਂ, ਮਤਲਬ ਕਿ ਦਹੀਂ ਲੈ ਆਉਂਦੇ ਹਾਂ 1/2 ਕਿਲੋ, ਅਤੇ ਉਹਦੇ ਵਿੱਚ ਪੁਦੀਨਾ ਪੀਸ ਕੇ ਪਾ ਦਿੰਦੇ ਹਾਂ, ਛੋਟੇ ਛੋਟੇ ਪਿਆਜ਼ ਪਾ ਦਿੰਦੇ ਹਾਂ ਤਾਂ ਕਿ ਉਹ ਹਾਜ਼ਮਾ ਕਰੇ, ਰੋਟੀ ਖਾ ਕੇ ਅਸੀਂ ਰੋਟੀ ਖਾ ਲਈਏ ਅਤੇ ਫਿਰ ਹਾਜ਼ਮਾ ਕਰੇ, ਵਿੱਚ ਨਿੰਬੂ ਵੀ ਜੋ ਪਾ ਦਿੰਦੇ ਹਾਂ। ਇਹ ਸਲਾਦ ਤਾਂ ਪਕਾ ਪਕੋ ਕੇ ਦਿੱਤੀ ਹੋਈ ਫਰਾਈ ਫਰੂਈ ਕਰਕੇ, ਉਹ ਅਸੀਂ ਕੱਚੀ ਰੱਖਦੇ ਹਾਂ। ਸਭ ਤੋਂ ਪਹਿਲੇ ਤੁਹਾਡੇ ਰੰਗ ਨੂੰ ਨਿਖਾਰੇਗੀ, ਫਿਰ ਤੁਹਾਡੇ ਮਸਲ ਬਣਾਏਗੀ, ਅਤੇ ਮੈਂ ਸਮਝਣਾ ਕਿ ਅਗਰ ਤੁਸੀਂ ਖਾਓਗੇ ਤਾਂ ਬੜੀਆਂ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹੋਗੇ। ਸਲਾਦ ਦਾ ਫਿਰ ਜ਼ਿਆਦਾ ਫਾਇਦਾ ਬੜਾ ਹੈਗਾ, ਕਿਉਂਕਿ ਇਹਦੀ ਪਾਵਰ ਹੀ ਨਹੀਂ ਹੈਗੀ, ਇਹ ਅੰਦਰ ਪੇਟ ਤੁਹਾਡਾ ਜਿਹੜਾ ਨਾ ਪੂਰੀ ਕਮੀ ਪੂਰੀ ਕਰ ਦਈਏ। ਮੈਂ ਹੁਣ ਤੁਹਾਨੂੰ ਅੱਗੇ ਇੱਕ ਗੱਲ ਦੱਸਾਂ, ਕੈਂਸਰ ਵੀ ਜਿਹੜਾ ਨਾ ਉਹ ਵੀ ਸਲਾਦ ਦੇ ਪੱਤੇ ਖਾਣ ਨਾਲ ਠੀਕ ਹੋ ਜਾਂਦਾ ਜੇ। ਤੁਸੀਂ ਹੁਣ ਸੋਚਦੇ ਹੋਵੋਗੇ ਸਾਨੂੰ ਹੀ ਕਹਿੰਦਾ ਰਹਿੰਦਾ, ਆਪ ਕਿਉਂ ਨਹੀਂ ਖਾਂਦਾ? ਖਾਣਾ ਖਾਧਾ, ਉਹਦੇ ਬਾਵਜੂਦ ਮੇਰਾ ਦਿਲ ਕਰੀ ਯਾਰ ਮੈਨੂੰ ਖਾਈ ਜਾਵਾਂ। ਉਹ ਇੱਥੇ ਸੀਵਰ ਸੈਲਡ ਜਿਹੜਾ ਇੱਥੇ ਤਾਂ ਮਿਲਦਾ ਨਹੀਂ, ਉੱਥੇ ਹੀ ਮਿਲਦਾ ਹੋਣਾ ਕਿ ਜਨਾਬ ਅਸੀਂ ਤਾਂ ਇੱਥੇ ਇਹੀ ਕਹਿੰਦੇ ਚਿਕਨ ਦੀ ਸਲਾਦ ਦਾ ਕਰਾ, ਚੱਲ ਭਾਈ ਚਿਕਨ ਦੀ ਸਲਾਦ ਕੀ ਜ਼ਰੂਰ ਆ ਗਏ। ਮੈਂ ਕਹਿੰਦਾ ਹੁਣ ਅਸੀਂ ਜਦੋਂ ਦੇ ਇਸ ਚੈਨਲ 'ਚ ਆਏ ਹਾਂ ਤਾਂ ਯਕੀਨ ਮਤਲਬ ਅਸੀਂ ਗੋਰਿਆਂ ਦੇ ਘਰ ਦੀਆਂ ਚੀਜ਼ਾਂ ਖਾਂਦੇ ਹਾਂ, ਅਤੇ ਲੋਕ ਕਹਿੰਦੇ ਨੇ ਰਾਣਾ ਤੂੰ ਮੋਟਾ ਹੁੰਦਾ ਜਾ ਰਿਹਾ। ਅਤੇ ਅੱਲਾਹ ਪਾਕ ਤੁਹਾਨੂੰ ਵੈਸੇ ਵੀ ਹਰ ਚੀਜ਼ ਤੋਂ ਮਹਿਫੂਜ਼ ਰੱਖੇ, ਸਾਡੀਆਂ ਤਾਂ ਦੁਆਵਾਂ ਨੇ ਤੁਹਾਡੇ ਵਾਸਤੇ, ਤੁਸੀਂ ਬੜੇ ਅੱਛੇ ਲੋਕ ਹੋ। ਤੁਸੀਂ ਸਾਡੀ ਵੀਡੀਓ ਨੂੰ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਵੇ, ਨਾਲੇ ਪੈਟਰੀਓਨ 'ਤੇ ਵੀ ਸਾਨੂੰ ਇੱਥੇ ਸਪੋਰਟ ਕਰਿਆ ਕਰੋ, ਇੱਥੇ ਵੀ ਕਲਿੱਕ ਕਰ ਦਿਆ ਕਰੋ, ਸਾਡੀ ਵੀਡੀਓ ਦੇ ਨਜ਼ਾਰੇ ਲਿਆ ਕਰੋ, ਨਾਲੇ ਤੁਹਾਨੂੰ ਮਜ਼ੇ ਆਉਣਗੇ, ਇੰਜੋਏ ਕਰੋਗੇ। ਅੱਲਾਹ ਹਾਫਿਜ਼।